ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸਾਧ ਸੰਗਤ। ਪੰਜਾਬ ਅਤੇ ਦਿੱਲੀ ਅਲੱਗ ਹੋ ਰਹੇ ਨੇ, ਦਿੱਲੀ ਦੁਬਾਰਾ ਪੰਜਾਬ 'ਤੇ ਹਮਲਾ ਕਰ ਸਕਦੀ ਹੈ, ਸੱਚ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ। ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਪੰਜਾਬ ਅਤੇ ਦਿੱਲੀ ਕਿਸ ਤਰ੍ਹਾਂ ਅਲੱਗ ਨੇ? ਪਹਿਲਾਂ ਤੋਂ ਹੀ ਅਲੱਗ ਨੇ, ਸ਼ੁਰੂ ਤੋਂ ਹੀ ਅਲੱਗ ਨੇ। ਗੁਰਮੁਖ ਪਿਆਰਿਓ, ਕਹਿੰਦੇ ਨੇ ਜ਼ਕਰੀਆ ਖਾਨ ਦੇ ਰਾਜ ਦੇ ਵਿੱਚ ਅੱਗ ਲਾ ਦਿੱਤੀ ਗਈ ਕਿਸੇ ਦੇ ਘਰ ਨੂੰ। ਇੱਕ ਸੋਹਣਾ ਸੁਨੱਖਾ ਨੌਜਵਾਨ ਮੁੰਡਾ ਗੁਰਸਿੱਖ, ਉਹ ਅੱਗ ਬੁਝਾਉਂਦਾ ਤੇ ਉਹਨੂੰ ਸਿਪਾਹੀ ਕਹਿੰਦੇ ਨੇ, ਉਹ ਤੈਨੂੰ ਡਰ ਨਹੀਂ ਹੈਗਾ, ਤੂੰ ਅੱਗ ਬੁਝਾ ਰਹੇ ਹੈ, ਤੈਨੂੰ ਜ਼ਕਰੀਆ ਖਾਨ ਫੜ ਲਏਗਾ, ਤੈਨੂੰ ਮਾਰ ਦੇਣਾ, ਤੈਨੂੰ ਖਤਮ ਕਰ ਦੇਣਾ, ਤੈਨੂੰ ਜਮੀ ਡਰ ਨਹੀਂ ਹੈਗਾ। ਤੇ ਉਹ ਬੰਦਾ ਕਹਿੰਦਾ, ਤੁਹਾਡਾ ਕੰਮ ਹੈ ਅੱਗ ਲਾਉਣਾ ਤੇ ਸਾਡਾ ਕੰਮ ਹੈ ਅੱਗ ਬੁਝਾਉਣਾ। ਸਾਧ ਸੰਗਤ, ਕਦੇ ਅਕਬਰ ਆਉਂਦਾ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਪਾਤਸ਼ਾਹ ਨੂੰ ਲਾਲਚ ਦਿੰਦਾ ਹੈ, ਪਰ ਸਤਿਗੁਰ ਸੱਚੇ ਪਾਤਸ਼ਾਹ ਮਨਾ ਕਰ ਦਿੰਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਵੀ ਨਹੀਂ, ਇਹ ਕੰਮ ਨਹੀਂ ਹੋਣਾ। ਗੁਰਮੁਖ ਪਿਆਰਿਓ, ਦਿੱਲੀ ਨੇ ਪੰਜਾਬ ਨੂੰ ਹਮੇਸ਼ਾ ਖਰੀਦਣਾ ਚਾਹਿਆ, ਦਿੱਲੀ ਨੇ ਪੰਜਾਬ 'ਤੇ ਹਮਲੇ ਕੀਤੇ, ਦਿੱਲੀ ਦੇ ਵਿੱਚ ਜੇ ਕਤਲੇਆਮ ਹੋਇਆ, ਦਿੱਲੀ ਦੇ ਵਿੱਚ ਜੇ ਕਤਲੇਆਮ ਹੁੰਦਾ ਤੇ ਪਿਆਰਿਓ ਯਾਦ ਰੱਖਿਓ, ਪੰਜਾਬ ਦੇ ਵਿੱਚ ਉਹ ਸਭ ਤੋਂ ਵੱਡੀ ਲਹਿਰ ਬਣਾਈ ਗਈ ਖਤਮ ਕਰਨ ਦੀ, ਪੰਜਾਬੀਆਂ ਨੂੰ ਖਤਮ ਕਰਨ ਦੀ, ਸਿੱਖਾਂ ਨੂੰ ਖਤਮ ਕਰਨ ਦੀ, ਪੰਜਾਬ ਨੂੰ ਅਲੱਗ ਕਰਨ ਦੀ, ਪੰਜਾਬ ਨੂੰ ਤੋੜਨ ਦੀ। ਪੰਜਾਬ ਨੂੰ ਤੋੜਿਆ ਗਿਆ 1947 ਦੇ ਵਿੱਚ ਵੀ, 61-62 ਦੇ ਵਿੱਚ ਵੀ, 66 ਦੇ ਵਿੱਚ ਵੀ, ਯਾਦ ਰੱਖਿਓ ਸਾਧ ਸੰਗਤ, 84 ਦੇ ਵਿੱਚ ਤੇ ਹੱਦਾਂ ਹੀ ਪਾਰ ਕਰ ਦਿੱਤੀਆਂ ਗਈਆਂ, 84 ਦੇ ਵਿੱਚ ਤੇ ਜਮੀ ਖਤਮ ਕਰ ਦਿੱਤਾ ਗਿਆ। ਇਹ ਚੀਜ਼ਾਂ ਨੂੰ ਸਮਝੋ ਜ਼ਰਾ, ਵਿਚਾਰੋ ਜ਼ਰਾ। ਅੱਜ ਵੀ ਹਮਲੇ ਹੋ ਰਹੇ ਨੇ, ਆਪਣੇ ਆਪਣੇ ਕੈਂਡੀਡੇਟ ਲਿਆ ਕੇ ਇੱਥੇ ਬੁਲਾਏ ਜਾ ਰਹੇ ਨੇ, ਠੋਕੇ ਜਾ ਰਹੇ ਨੇ। ਯਾਦ ਰੱਖਿਓ, ਉਹ ਚੀਜ਼ਾਂ ਸਿਰਫ ਪੰਜਾਬ ਨੂੰ ਤੋੜਨ ਦੇ ਲਈ ਨੇ, ਜੋੜਨ ਦੇ ਲਈ ਨਹੀਂ, ਤੋੜਨ ਦੇ ਲਈ ਉਹ ਸਾਰੇ ਨਕਵੇ ਜਿਹੜੇ ਨੇ ਕੀਤੇ ਜਾ ਰਹੇ ਨੇ। ਬੜੀਆਂ ਕੋਸ਼ਿਸ਼ਾਂ ਅੱਜ ਵੀ ਹੋ ਰਹੀਆਂ ਨੇ, ਸ਼ਾਇਦ ਅੱਗੇ ਵੀ ਹੋਣਗੀਆਂ, ਜਾਰੀ ਰਹਿਣਗੀਆਂ। ਇਹ ਗੱਲ ਯਾਦ ਰੱਖਿਓ ਵੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਚੱਲਦੀਆਂ ਹੀ ਰਹਿਣੀਆਂ ਨੇ, ਜਿੰਨਾ ਚਿਰ ਅਸੀਂ ਸੁਚੇਤ ਨਹੀਂ ਹੁੰਦੇ, ਜਿੰਨਾ ਚਿਰ ਅਸੀਂ ਨਹੀਂ ਨਾ ਬਦਲਦੇ, ਉਨਾ ਚਿਰ ਇਹ ਚੀਜ਼ਾਂ ਨੇ ਵੀ ਨਹੀਂ ਬਦਲਣਾ। ਇਹ ਚੀਜ਼ਾਂ ਸੇਮ ਰਹਿਣਗੀਆਂ, ਇਹ ਚੀਜ਼ਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ। ਇਹਨਾਂ ਚੀਜ਼ਾਂ ਤੋਂ ਬਚੀਏ, ਇਹਨਾਂ ਚੀਜ਼ਾਂ 'ਚੋਂ ਨਿਕਲੀਏ। ਪਾਰਟੀਆਂ ਪਿੱਛੇ ਝੰਡੇ ਚੱਕ ਕੇ ਆਪਣੇ ਆਪ ਨੂੰ ਕੱਟਣਾ, ਵੱਢਣਾ, ਆਪਣੇ ਆਪ ਨੂੰ ਜਿਹੜਾ ਮਾਰਨਾ, ਝਗੜਨਾ, ਇਹ ਚੀਜ਼ਾਂ ਬੰਦ ਕਰੀਏ। ਜਿੰਨਾ ਅਸੀਂ ਬੰਦ ਕਰਾਂਗੇ ਉਨੇ ਵਧੀਆ ਰਵਾਂਗੇ, ਜਿੰਨੇ ਅਸੀਂ ਲੜਾਂਗੇ ਝਗੜਾਂਗੇ, ਫਾਇਦਾ ਕਿਸੇ ਹੋਰ ਨੂੰ ਹੀ ਹੋਣਾ, ਹੋਰ ਕਿਸੇ ਨੂੰ ਨਹੀਂ ਹੋਣਾ। ਫਾਇਦਾ ਜਿਹੜਾ ਨਾ ਉਹ ਬਿਲਕੁਲ ਹੋਰਾਂ ਨੇ ਹੀ ਖੱਟਣਾ, ਫਾਇਦਾ ਹੋਰ ਲੋਕ ਹੀ ਲੈਣਗੇ, ਕਿਸੇ ਨੂੰ ਕੋਈ ਮਤਲਬ ਨਹੀਂ ਹੈ। ਇਹ ਗੱਲ ਹਮੇਸ਼ਾ ਯਾਦ ਰੱਖਿਓ ਵੀ ਫਾਇਦਾ ਹੋਰਾਂ ਨੇ ਹੀ ਖੱਟਣਾ ਹੈ। ਸੋ ਸਾਧ ਸੰਗਤ, ਇਸ ਕਰਕੇ ਮੈਂ ਬੇਨਤੀਆਂ ਕਰਦਾ ਕਿ ਥੋੜ੍ਹਾ ਜਿਹਾ ਆਪਣੇ ਆਪ ਨੂੰ ਪ੍ਰਪੇਅਰ ਕਰੀਏ, ਥੋੜ੍ਹਾ ਜਿਹਾ ਆਪਣੇ ਆਪ 'ਤੇ ਅਸੀਂ ਕੰਟਰੋਲ ਕਰੀਏ, ਸਮਝੀਏ ਇਹਨਾਂ ਗੱਲਾਂ ਨੂੰ ਕਿ ਦਿੱਲੀ
ਤੇ ਪੰਜਾਬ ਪੰਜਾਬ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੇ ਵੱਡੇ ਪੱਧਰ ਤੇ ਵੱਡੇ ਪੈਮਾਨਿਆਂ ਤੇ ਇਹ ਚੀਜ਼ਾਂ ਨੇ। ਜੇ ਅਸੀਂ ਜਾਗਰੂਕ ਨਹੀਂ ਹੋਵਾਂਗੇ ਤੇ ਪੰਜਾਬ ਨੂੰ ਖਤਮ ਕਰ ਦੇਣਗੇ, ਜੇ ਅਸੀਂ ਜਾਗਾਂਗੇ ਤੇ ਇਹਨਾਂ ਲੋਕਾਂ ਦੀ ਹਿੰਮਤ ਨੇ ਵੀ ਇਹ ਪੰਜਾਬ ਨੂੰ ਖਤਮ ਕਰ ਦੇਣ। ਯਾਦ ਰੱਖਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।